ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਵਿੱਚ ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਇੱਕ ਨਵੇਂ ਵਿਸ਼ੇ 'ਤੇ ਗੱਲ ਕਰਦੇ ਹਾਂ। ਅੱਜ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਸਾਡੇ ਸਮਿਆਂ ਦੇ ਵਿੱਚ ਬਾਬਾ ਨਾਨਕ ਦਾ 550ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਅਗਲੇ ਵਰ੍ਹੇ। ਤੋ ਇਸ ਸੰਬੰਧ ਦੇ ਵਿੱਚ ਸਰਕਾਰ ਵੀ, ਸ਼੍ਰੋਮਣੀ ਕਮੇਟੀ ਵੀ ਅਤੇ ਹੋਰ ਸੰਸਥਾਵਾਂ ਵੀ ਆਪਣੀ ਇੱਕ ਜਿਹੜੀ ਹੈ ਤਿਆਰੀ ਦੇ ਵਿੱਚ ਜੁੜ ਗਈਆਂ ਨੇ ਕਿ ਕਿਸ ਤਰ੍ਹਾਂ ਇਸ ਨੂੰ ਮਨਾਇਆ ਜਾਵੇ। ਸਾਡੀ ਇੱਛਾ ਇਹ ਹੈ ਕਿ ਜਿੱਥੇ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ ਅਤੇ ਉਹਦੀਆਂ ਮੀਟਿੰਗਾਂ ਹੋ ਰਹੀਆਂ ਨੇ ਅਤੇ ਉਹ ਆਪਣੇ ਆਪ 'ਚ ਸਲਾਹਾਂ ਕਰ ਰਹੇ ਨੇ ਕਿ ਅਸੀਂ ਸਾਰੇ ਇਕੱਠੇ ਹੋ ਕੇ ਬਾਬਾ ਨਾਨਕ ਦਾ ਜਨਮ ਦਿਨ ਜਿਹੜਾ ਹੈ ਮਨਾਈਏ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸੈਮੀਨਾਰ ਕਰਾਵਾਂਗੇ ਔਰ ਅਸੀਂ ਜਿਹੜੇ ਹੈ ਕਵੀ ਦਰਬਾਰ ਕਰਾਵਾਂਗੇ, ਅਸੀਂ ਹੋਰ ਯੂਨੀਵਰਸਿਟੀਜ਼ ਨੂੰ ਲਿਖਾਂਗੇ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਚੇਅਰ ਸਥਾਪਿਤ ਕੀਤੀਆਂ ਜਾਣ। ਇਸ ਕਿਸਮ ਦੀਆਂ ਉਹ ਗੱਲਾਂ ਕਰ ਰਹੇ ਨੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਉਹ ਵੀ ਇਸ ਕਿਸਮ ਦੇ ਕੁਛ ਉਹਨਾਂ ਨੇ ਸਲਾਹ ਕੀਤੀਆਂ ਨੇ ਕਿ ਕਿਸ ਤਰ੍ਹਾਂ ਬਾਬਾ ਨਾਨਕ ਦਾ ਇਹ ਜਨਮ ਦਿਹਾੜਾ ਮਨਾਇਆ ਜਾਏ। ਸਾਡਾ ਜਿਹੜਾ ਉਪਰਾਲਾ ਜਾਂ ਅਸੀਂ ਜਿਸ ਕਿਸਮ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਿੱਖ ਜਗਤ ਦੇ ਜਿਹੜੇ ਕੁਛ ਚੋਣਵੇਂ ਜਿਹੜੇ ਬੁੱਧੀਜੀਵੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਇਹ ਗੱਲਬਾਤ ਕੱਢੀਏ ਕਿ ਅਸੀਂ ਕਿਵੇਂ ਇਸ ਮੌਕੇ ਨੂੰ ਸੈਲੀਬ੍ਰੇਟ ਕਰੀਏ ਔਰ ਇਸ ਤਰ੍ਹਾਂ ਸੈਲੀਬ੍ਰੇਟ ਕਰੀਏ ਕਿ ਉਹ ਸਦਾ ਲਈ ਸਾਡੇ ਸਿੱਖ ਜਗਤ ਨੂੰ ਵੀ ਫਾਇਦਾ ਹੋਵੇ ਔਰ ਦੁਨੀਆ ਦੇ ਵਿੱਚ ਵੀ ਇੱਕ ਵੱਡਾ ਵਧੀਆ ਮੈਸੇਜ ਜਾਵੇ। ਇਸ ਲਈ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਕੁਛ ਮਹਿਮਾਨ ਬੁਲਾਏ ਨੇ, ਮੈਂ ਤੁਹਾਨੂੰ ਉਹਨਾਂ ਨਾਲ ਬੁਲਾ ਰਿਹਾ। ਇਹ ਪ੍ਰੋਫੈਸਰ ਕੁਲਵੰਤ ਗਰੇਵਾਲ ਨੇ, ਲੋਕ ਸ਼ਾਇਰ ਨੇ ਔਰ ਨਾਲ ਹੀ ਤੁਸੀਂ ਜਾਣਦੇ ਜਿਵੇਂ ਡਾਕਟਰ ਬਲਕਾਰ ਸਿੰਘ ਉੱਘੇ ਸਿੱਖ ਚਿੰਤਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਲੰਬੇ ਸਮੇਂ ਲਈ ਮੁਖੀ ਰਹੇ ਨੇ। ਅਤੇ ਨਾਲ ਹੀ ਅੱਜ ਅਸੀਂ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਨੂੰ ਇਸ ਕਰਕੇ ਲੈ ਕੇ ਆਇਆ ਹੈ ਕਿ ਉਹ ਸਿਆਸਤ 'ਚ ਰਹੇ ਔਰ ਸ਼੍ਰੋਮਣੀ ਕਮੇਟੀ ਦੇ ਵਿੱਚ ਰਹੇ ਔਰ ਅੱਜ ਕੱਲ੍ਹ ਉਹ ਸਮਾਜ ਸੇਵਾ 'ਚ ਰੁੱਝੇ ਹੋਏ ਨੇ। ਸਰਦਾਰ ਪ੍ਰੀਤਮ ਸਿੰਘ ਵੜਿੰਗ, ਉਹ ਵੀ ਅੱਜ ਸਾਡੇ ਨਾਲ ਇਸ ਪ੍ਰੋਗਰਾਮ 'ਚ ਸ਼ਾਮਿਲ ਨੇ। ਤੁਹਾਡਾ ਸਭ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ 'ਚ। ਗਰੇਵਾਲ ਸਾਹਿਬ, ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਦਾ, ਤੁਹਾਨੂੰ ਕੀ ਲੱਗਦਾ ਹੈ ਇਹ ਜੋ ਦੇਖੋ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸਾਰੇ ਇਕੱਠੇ ਹੋ ਕੇ ਬਣਾਓ, ਚੰਗੀ ਗੱਲ ਹੈ। ਉਹਨਾਂ ਨੇ ਸਭ ਨੂੰ ਸੱਦਾ ਦਿੱਤਾ, ਹਾਲਾਂਕਿ ਨਹੀਂ ਗਏ, ਨਾ ਸ਼੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਗਿਆ ਜਾਂ ਹੋਰ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਗਿਆ। ਦੂਜੇ ਪਾਸੇ ਅੱਜ ਉਹਨਾਂ ਨੇ ਇੱਕ ਨਵੀਂ ਗੱਲ ਕੀਤੀ, ਉਹਨਾਂ ਨੇ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਕਿ ਤੁਸੀਂ ਬਣਾਓ। ਇਹ ਕਿਸ ਕਿਸਮ ਦਾ ਜਿਹੜਾ ਵਰਤਾਰਾ ਚੱਲ ਰਿਹਾ ਕਿ ਬਾਬਾ ਨਾਨਕ ਦਾ ਜਨਮ ਦਿਹਾੜਾ ਮਨਾਉਣ ਲਈ ਸਾਨੂੰ ਇਸ ਤਰ੍ਹਾਂ ਦੀ ਸਹਾਇਤਾ ਮੰਗਣ ਦੀ ਲੋੜ ਹੈ ਜਾਂ ਸਾਨੂੰ ਕੋਈ ਇਸ, ਮੈਂ ਜਿਹੜਾ ਤੁਹਾਡੇ ਤੋਂ ਜਾਣਨਾ ਚਾਹੁੰਦਾ ਵੀ ਕਿ ਤੁਹਾਡਾ ਵਿਜ਼ਨ ਕੀ ਕਹਿੰਦਾ ਕਿ ਅਸੀਂ ਕਿਵੇਂ ਬਣਾਈਏ ਇਸ ਨੂੰ? ਡਾਕਟਰ ਵਾਲੀਆ ਜੀ, ਬਹੁਤ ਸ਼ੁਕਰੀਆ ਔਰ ਚੜ੍ਹਦੀ ਕਲਾ ਦਾ ਵੀ ਬਹੁਤ ਸ਼ੁਕਰੀਆ ਕਿ ਇਹਨਾਂ ਨੇ ਇੱਕ ਬੜਾ ਹੀ ਸੈਂਸਿਟਿਵ ਇਸ਼ੂ ਜਿਹੜਾ ਹੈ, ਜਿਹੜਾ ਕੌਮ ਨੂੰ ਕੰਸਰਨ ਕਰਦਾ, ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਬਹੁਤ ਵੱਡੀ ਇਹ ਯੋਜਨਾ ਬਣਾਈ ਹੈ ਜੀ। ਇਹਦੀ ਉਹਨਾਂ ਨੂੰ ਮੁਬਾਰਕ ਕਰ, ਤੁਹਾਨੂੰ ਵੀ ਜੀ। ਪਹਿਲੀ ਗੱਲ ਜਿਹੜੀ ਹੈ ਇਹ, ਇੱਕ ਹੋਰ ਤੁਸੀਂ ਮੈਨੂੰ ਗੱਲ ਬਹੁਤ ਅੱਛੀ ਲੱਗੀ ਹੈ ਕਿ ਕੈਪਟਨ ਸਾਹਿਬ ਨੇ ਇਹ ਸੈਲੀਬ੍ਰੇਸ਼ਨ ਦਾ ਇੱਕ ਕਮੇਟੀ ਬਣਾਈ ਹੈ ਔਰ ਉਹਦਾ ਇੱਕ ਮੁੱਦਾ ਵੀ ਰੱਖਿਆ। ਉਹ ਮੁੱਦਾ ਰੱਖਿਆ ਕਿ ਸਰਬੱਤ ਦਾ ਭਲਾ ਜਾ, ਔਰ ਇਹ ਮੁੱਦਾ ਆਪਣੇ ਆਪ 'ਚ ਬਹੁਤ ਵੱਡਾ ਮੁੱਦਾ ਹੈ। ਦੂਸਰੀ ਗੱਲ ਇਹ ਕਿ ਮੋਦੀ ਜੀ ਜਾਂ ਸੈਂਟਰ ਸਰਕਾਰ ਤੋਂ ਕਿਸ ਕਿਸਮ ਦੀ ਉਹਨਾਂ ਨੇ ਕੋਆਪਰੇਸ਼ਨ ਲੈਣੀ ਹੈ ਇਹ ਤਾਂ ਉਹੀ ਜਾਣਦੇ ਨੇ, ਪਰ ਸਾਡੇ ਵੱਲੋਂ ਇਹ, ਮੈਂ ਸਮਝਦਾ ਵੀ ਇਹ ਯਤਨ ਜਿਹੜੇ ਨੇ ਹੋਣੇ ਚਾਹੀਦੇ ਨੇ, ਕੋਈ ਹਰਜਾ ਨਹੀਂ ਜੀ। ਪਰ ਇਹਨਾਂ ਯਤਨਾਂ ਦੇ ਪਿਛਲੇ ਪਾਸੇ ਜਿਹੜਾ ਹੈਗਾ ਨਾ ਮੰਤਵ ਜਿਹੜਾ ਨਾ, ਮੇਰੀ ਕੌਮ ਜਿਹੜੀ ਹੈ ਆਪਣੇ ਘਰ ਦੇ ਵਿੱਚ ਬੇਗਾਨੀ ਹੋ ਰਹੀ ਹੈ, ਮੇਰੀ ਕੌਮ ਦੇ ਵਿੱਚੋਂ ਸਿੱਖੀ ਦਾ ਜਜ਼ਬਾ ਜਿਹੜਾ ਨਾ ਉਹ ਘੱਟ ਰਿਹਾ ਜੀ। ਮੇਰੀ ਕੌਮ ਨੂੰ ਇਹ ਜਿਹੜੀ ਖਾਸ ਕਿਸਮ ਦੀ ਏਲੀਨੇਸ਼ਨ, ਜਿਹੜੀ ਅਲਗਾਵ ਜਿਹੜਾ ਉਹ ਹੰਢਾਉਣਾ ਜਿਹੜਾ ਪੈ ਰਿਹਾ, ਉਹਦਾ ਕਾਰਨ ਸਿਆਸਤ ਹੈ। ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ, ਐਸ ਜੀ ਪੀ ਸੀ ਵਾਲਿਆਂ ਨੂੰ ਵੀ ਔਰ ਕੈਪਟਨ ਸਾਹਿਬ ਨੂੰ ਵੀ, ਕਿ ਉਹ ਇਹਨੂੰ ਸਿਆਸਤ ਮੁਖੀ ਨਾ ਰੱਖ ਕੇ, ਇਹਨੂੰ ਵੋਟ ਮੁਖੀ ਨਾ ਰੱਖ ਕੇ, ਇਸ ਨੂੰ ਧਰਮ ਮੁਖੀ ਰੱਖਣ। ਸਾਡਾ ਧਰਮ ਦਿਨੋ ਦਿਨ ਘਟ ਰਿਹਾ ਹੈ। ਜੇ ਅਸੀਂ ਧਾਰਮਿਕ ਤੌਰ 'ਤੇ ਇਸ ਧਰਤੀ ਦੇ ਉੱਤੋਂ ਮਿੱਟ ਗਏ ਜਾਂ ਸਾਡੇ ਵਿੱਚੋਂ ਉਸ ਧਰਮ ਦਾ ਵਿਜ਼ਨ ਹੀ ਖਤਮ ਹੋ ਗਿਆ,
ਤਾਂ ਅਸੀਂ ਉਹ ਇਕਬਾਲ ਦਾ ਇੱਕ ਸ਼ੇਰ ਮੈਂ ਜ਼ਰੂਰ ਸੁਣਾਉਣਾ ਚਾਹੁੰਦਾ ਕਿ ਮਸਜਿਦ ਤੋਂ ਬਣਾ ਦੀ ਸ਼ਬ ਭਰ ਮੇ ਈ ਮਾਂ ਕੀ ਹਰਾਰਤ ਵਾਲੋ ਨੇ ਮਨ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਮਾਜ਼ੀ ਬਣ ਨਾ ਸਕਾ। ਬਿਲਕੁਲ। ਔਰ ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਮੇ ਮੋਹ ਲੇਤਾ ਹੈ, ਗੁਫਤਾਰ ਕਾ ਯੇ ਗਾਜ਼ੀ ਤੋਂ ਬਣਾ ਕਿਰਦਾਰ ਕਾ ਗਾਜ਼ੀ ਬਣ ਨਾ ਸਕਾ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਜੀ ਸਦਕੇ ਗੁਰਦੁਆਰੇ ਉਸਰਨ, ਜੀ ਸਦਕੇ ਇਹ ਸਾਡਾ ਕਿਸਮਤ ਹੈ। ਔਰ ਗੁਰਦੁਆਰਾ ਇੰਸਟੀਟਿਊਸ਼ਨ ਤੋਂ ਵੱਡੀ ਇੰਸਟੀਟਿਊਸ਼ਨ ਅੱਜ ਤੱਕ ਹਿਊਮਨ ਮਾਈਂਡ ਨੇ ਕਨਸੀਵ ਹੀ ਨਹੀਂ ਕੀਤੀ ਜੀ, ਜਿਹਦੇ 'ਚ ਲੰਗਰ ਵਰਤਦਾ, ਜਿਹਦੇ 'ਚ ਪ੍ਰੋਟੈਕਸ਼ਨ ਮਿਲਦੀ ਹੈ, ਜਿਹਦੇ 'ਚ ਕਿਸੇ ਦਾ ਨਾਂ ਨਹੀਂ ਪੁੱਛਿਆ ਜਾਂਦਾ ਤੂੰ ਕੌਣ ਹੈ, ਤੇਰੀ ਜਗ੍ਹਾ ਕਿਹੜੀ ਹੈ, ਤੂੰ ਕੌਣ ਹੈ, ਉਹ ਸਾਰਾ ਕੁਛ। ਜਿਹੜਾ ਸਰਬੱਤ ਨੂੰ ਦੇ ਭਲੇ ਵਾਲਾ ਜਿਹੜਾ ਗੁਰਦੁਆਰਾ ਹੈ ਨਾ, ਇਹ ਉਸਰਨਾ ਚਾਹੀਦਾ, ਪਰ ਇਹਦੇ ਵਿੱਚੋਂ ਜਿਹੜੀ ਧਾਰਮਿਕਤਾ ਹੈ ਨਾ ਉਹ ਹੋਰ ਉਸਰਨੀ ਚਾਹੀਦੀ ਹੈ, ਮੇਰੀ ਇੰਨੀ ਕੁ ਬੇਨਤੀ। ਬਿਲਕੁਲ, ਇਹ ਤੁਹਾਡੇ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸਰਬੱਤ ਦੇ ਭਲੇ ਵਾਲੀ ਜਿਹੜੀ ਗੱਲ ਹੈ, ਅਤੇ ਜਦੋਂ ਬਾਬਾ ਨਾਨਕ ਦਾ ਨਾਮ ਆਉਂਦਾ ਉਦੋਂ ਲੰਗਰ ਦੀ ਵੀ ਅਤੇ ਸਰਬੱਤ ਦੇ ਭਲੇ ਦੀ ਗੱਲ ਤਾਂ ਆਉਣੀ ਆਉਣੀ ਹੈ। ਡਾਕਟਰ ਬਲਕਾਰ ਸਿੰਘ, ਤੁਹਾਨੂੰ ਕੀ ਲੱਗਦਾ ਹੈ ਇਹ ਜਿਹੜੀਆਂ ਕਮੇਟੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ, ਇਹਨਾਂ ਦੇ ਵਿੱਚ ਨਵਾਂ ਤਾਂ ਕੁਝ ਨਹੀਂ ਨਿਕਲ ਰਿਹਾ? ਸੈਮੀਨਾਰ ਕਰਾਉਣੇ, ਕਵੀ ਦਾ ਦਰਬਾਰ ਕਰਵਾਉਣੇ ਜਾਂ ਕੁਛ ਹੋਰ ਕਰਨੇ, ਤਾਂ ਬਹੁਤ ਚਿਰ ਦਾ ਚੱਲ ਰਿਹਾ, ਕੀ ਹੋਣਾ ਕੀ ਚਾਹੀਦਾ, ਕੁਛ ਇਹਨਾਂ ਨੂੰ ਆਪਾਂ ਸਲਾਹ ਦੇ ਸਕਦੇ ਹਾਂ? ਵਾਲੇ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਜੋ ਕਰ ਚੁੱਕੇ ਹਾਂ ਉਹਨੂੰ ਰਿਵਿਊ ਨਹੀਂ ਕਰਦੇ ਜੀ, ਜੋ ਕਰਨਾ ਉਹਦੇ ਵਾਸਤੇ ਪਲੈਨਿੰਗ ਐਂਡ ਪ੍ਰੋਗਰਾਮਿੰਗ ਨਹੀਂ ਕਰਦੇ, ਅਤੇ ਉਹਦੇ ਵਿੱਚੋਂ ਸੰਵਾਦ ਮਿਸ ਕਰ ਜਾਂਦਾ ਹੈ ਅਤੇ ਸਾਡਾ ਮੋਨੋਲਾਗ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਮਤਲਬ ਇਹ ਇਸ ਕਿਸਮ ਦੀ ਸਿਚੁਏਸ਼ਨ ਵਿੱਚ ਜਿਹੜੇ ਮੀਡੀਆ ਜਿਹੜਾ ਕਰ ਰਿਹਾ ਉਹ ਕਰ ਕੀ ਰਿਹਾ? ਮੈਂ ਉਦਾਸ ਹਾਂ ਇਸ ਗੱਲ 'ਤੇ ਕਿ ਮੀਡੀਆ ਵਾਲੇ ਜਿਹੜੇ ਨੇ ਪੋਲੀਟੀਕਲ ਪਾਰਟੀਆਂ ਦੇ ਪ੍ਰਤੀਨਿਧ ਬੁਲਾ ਕੇ ਉਹਨਾਂ ਕੋਲੋਂ ਜਾਣਨਾ ਚਾਹੁੰਦੇ ਨੇ ਕਿ ਆਹ ਪਾਰਟੀ ਬੁਲਾ ਰਹੀ ਹੈ ਅਤੇ ਇਹਨੂੰ ਤੁਸੀਂ ਰਸਤਾ ਕਿਵੇਂ ਰੋਕੋਗੇ? ਮਤਲਬ ਇਨਡਾਇਰੈਕਟ ਹੈ, ਪਤਾ ਹੀ ਹੁੰਦਾ ਵੀ ਉਹਨੂੰ ਉਹਦੇ ਵਿੱਚ ਹੁੰਦਾ ਇਹ ਹੈ ਕਿ ਮੈਨੂੰ ਉਹਦੇ 'ਤੇ ਮੈਂ ਮਤਲਬ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ ਉਹਨਾਂ ਨੂੰ ਉਹਨਾਂ ਦਾ ਹੈਡਿੰਗ ਜੇ ਮੈਂ ਕੱਢਣਾ ਹੋਵੇ ਤਾਂ ਮੈਂ ਕਹਾਂਗਾ ਵੀ ਜਿਹਨਾਂ ਨੂੰ ਜਿੰਨਾ ਘੱਟ ਪਤਾ ਉਹਨਾਂ ਵੱਧ ਬੋਲੀ ਜਾਂਦੇ ਨੇ। ਇਹ ਬਹੁਤ ਮਾੜੀ ਗੱਲ ਹੈ। ਸਹੀ ਗੱਲ, ਸਾਡੇ ਸਾਹਮਣੇ ਸਿਚੁਏਸ਼ਨ ਬੜੀ ਕਲੀਅਰ ਹੈ ਜੀ। ਇਹ ਸਾਡਾ ਤੀਜਾ ਫੰਕਸ਼ਨ ਹੈ ਵੱਡਾ, ਇੱਕ ਅਸੀਂ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀਸ਼ਿਪ ਵੇਲੇ ਬਣਾਇਆ ਸੀ ਨਦੇੜ ਸਾਹਿਬ ਜੀ, ਉਹ ਇੱਕ ਵੱਡਾ ਫੰਕਸ਼ਨ ਸੀ, ਅਸੀਂ ਮਨਾ ਚੁੱਕੇ ਹੋਏ ਹਾਂ। ਠੀਕ ਹੈ। ਉਹਦੇ ਤੋਂ ਬਾਅਦ ਫਿਰ ਨਤੀਸ਼ ਕੁਮਾਰ ਨੇ ਬੁਲਾਇਆ, ਪੱਟ ਨੇ ਬੁਲਾਇਆ, ਉਹ ਬਣਾ ਚੁੱਕੇ ਹੋਏ ਹਾਂ ਜੀ। ਹੁਣ ਇਹ ਤੀਜਾ, ਉਹ ਜਿਹੜਾ ਹੈ ਉਹ ਹਿੰਦੁਸਤਾਨ ਦੀ ਗੌਰਮੈਂਟ ਨੇ ਬਣਾਇਆ ਸੀ, ਜਿਹੜਾ ਪਟਨੇ ਵਾਲਾ ਉਹ ਇੱਕ ਪੰਜਾਬ ਬਿਹਾਰ ਦੇ ਸੀਐਮ ਨੇ ਬਣਾਇਆ। ਹੁਣ ਇਹ ਜ਼ਿੰਮੇਵਾਰੀ ਆ ਗਈ ਹੈ ਕੈਪਟਨ ਸਾਹਿਬ 'ਤੇ ਕਿ ਉਹ ਤੀਜਾ ਫੰਕਸ਼ਨ ਜਿਹੜਾ ਉਹਨਾਂ ਦੋਨਾਂ ਫੰਕਸ਼ਨਾਂ ਦੀ ਕੰਟੀਨਿਊਟੀ ਵਿੱਚ ਕਰਨ। ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜੀ। ਇਹਦੇ ਵਾਸਤੇ ਸਭ ਤੋਂ ਪਹਿਲੀ ਗੱਲ, ਜ਼ਰੂਰੀ ਗੱਲ ਇਹ ਹੈ ਕਿ ਇੱਥੇ ਇੰਪੋਰਟੈਂਟ ਨੇ ਦੋ ਤਰ੍ਹਾਂ, ਸਰਕਾਰ ਸਰਕਾਰ ਕਰਕੇ ਅਤੇ ਐਸ ਸੀ ਪੀ ਸੀ ਸਿੱਖਾਂ ਦੇ ਪ੍ਰਤੀਨਿਧ ਹੋਣ ਕਰਕੇ। ਬਿਲਕੁਲ ਠੀਕ ਹੈ। ਇਸ ਵੇਲੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਕੈਪਟਨ ਨੂੰ ਦੇ ਸੱਦੇ ਨੂੰ ਗੋਬਿੰਦ ਸਿੰਘ ਲੌਂਗੋਵਾਲ ਨੇ ਹੰਗਾਰਾ ਭਰਿਆ। ਪਰ ਮੀਟਿੰਗ 'ਚ ਨਹੀਂ ਗਿਆ, ਮੀਟਿੰਗ 'ਚ ਗਿਆ ਨਹੀਂ, ਪਰ ਉਹਨੇ ਕਿਹਾ ਮੈਂ ਨਾਲ ਜਾਊਂਗਾ, ਉਹਨੇ ਹੰਗਾਰਾ ਭਰਤਾ। ਹੰਗਾਰਾ ਭਰਨ ਦਾ ਹੀ ਮਤਲਬ ਇਹ ਬਹੁਤ ਵੱਡਾ ਹੈ, ਕਿਉਂਕਿ ਉਹਦੇ ਨਾਲ ਉਹਦੇ ਨਾਲ ਉਹ ਅਕਾਲੀ ਦਲ ਦੇ ਜੂਲੇ ਵਿੱਚੋਂ ਬਾਹਰ ਨਿਕਲ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਤੋਂ ਪੁੱਛ ਕੇ ਕਰਦਾ ਤਾਂ ਨਹੀਂ ਸੀ। ਡਾਕਟਰ ਸਾਹਿਬ, ਦੂਜੇ ਪਾਸੇ ਆਪਦੀ ਮੀਟਿੰਗ ਕਰਕੇ ਆਪਦੇ ਤੌਰ 'ਤੇ ਵੀ ਮਨਾਉਣ ਦੀ ਗੱਲ ਕੀਤੀ, ਐਸ ਸੀ ਪੀ ਸੀ ਨੇ ਆਪ ਵੀ ਮਨਾਉਣਾ ਹੈ ਜੀ। ਇਹਦੇ ਵਿੱਚ ਹੋਏਗਾ ਇਹ, ਗੋਬਿੰਦ ਸਿੰਘ ਨੇ ਕਿਹਾ ਮੈਂ ਤੁਹਾਡੇ ਨਾਲ ਪਾਰਟੀਸਪੇਟ ਕਰੂੰਗਾ, ਇਵੇਂ ਮਤਲਬ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਉਹ ਗੋਬਿੰਦ ਸਿੰਘ ਨਾਲ ਕਰਨਗੇ, ਪ੍ਰਧਾਨ ਨਾਲ ਕੋਆਪਰੇਟ ਕਰਨਗੇ। ਇਹ ਜੇ ਕਰ ਦਈਏ ਅਸੀਂ ਤੇ ਉਸ ਤੋਂ ਬਾਅਦ ਦੋ ਬੰਦੇ ਹੋਰ ਇੰਪੋਰਟੈਂਟ ਰਹਿ ਜਾਂਦੇ ਨੇ, ਅਕਾਲੀ ਦਲ ਦਾ ਪ੍ਰਧਾਨ ਸੁਖਦੀਪ ਸਿੰਘ ਬਾਦਲ ਤੇ ਜਿਹੜਾ ਅਪੋਜੀਸ਼ਨ ਦਾ ਲੀਡਰ ਹੈ ਖਹਿਰਾ। ਇਹਨਾਂ ਚਾਰਾਂ ਦੀ ਮੀਟਿੰਗ ਸੱਦ ਕੇ ਇੱਕ ਐਸੀ ਵਿਦਵਾਨਾਂ ਦੀ ਸੋਝੀਵਾਨਾਂ ਦੀ ਐਸੀ ਇੱਕ ਸਲਾਹਕਾਰ ਕਮੇਟੀ ਬਣਾਉਣੀ ਚਾਹੀਦੀ ਹੈ ਜਿਹੜੀ ਜਿਹੜੀ ਪ੍ਰੋਗਰਾਮ ਅਤੇ ਪਲੈਨਿੰਗ ਹੀ ਕਰੇ, ਕਿਉਂਕਿ ਇਹ ਇਕੱਲਾ ਇੱਥੇ ਨਹੀਂ ਮਨਾਇਆ ਜਾਣਾ, ਇਹ ਦੂਰ ਤੱਕ ਜਾਣਾ। ਅਸੀਂ ਸਾਰੀ ਦੁਨੀਆ ਵਿੱਚ ਫੈਲ ਗਏ ਹਾਂ, ਪਰ ਇਹਦੀ ਜਿਹੜੀ ਪ੍ਰੋਗਰਾਮ ਹੈ ਪਲੈਨਿੰਗ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਵੀ ਅੰਬਾਲੇ ਤੱਕ ਬਣਾਉਣਾ ਤਾਂ ਸਿੱਖਾਂ ਨੇ ਬਣਾਉਣਾ ਹੈ। ਸਿੱਖਾਂ ਨੇ ਦੁਨੀਆ ਭਰ ਵਿੱਚ ਬਣਾਉਣਾ ਹੈ ਅਤੇ ਦੁਨੀਆ ਭਰ ਵਿੱਚ ਬਣਾਉਣ ਵਾਸਤੇ ਉਹਨਾਂ ਨੂੰ ਪ੍ਰੋਗਰਾਮ ਇੱਥੋਂ ਦੇਣਾ ਚਾਹੀਦਾ, ਪਰ ਉਹਨੂੰ ਪੰਜਾਬ ਸਪੈਸੀਫਿਕ ਨਹੀਂ ਰਹਿਣਾ ਚਾਹੀਦਾ, ਉਹਨੂੰ ਸਿੱਖ ਸਪੈਸੀਫਿਕ ਵੀ ਨਹੀਂ ਰਹਿਣਾ ਚਾਹੀਦਾ, ਕਿਉਂਕਿ ਸਿੱਖ ਸਪੈਸੀਫਿਕ ਮਤਲਬ ਜੇ ਪੋਲੀਟਿਕਸ ਆ ਜਾਏਗੀ। ਇਹਨਾਂ ਗੱਲਾਂ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਅਸਲ 'ਚ ਬਾਹਰ ਆਣ ਕੇ, ਉਹ ਇਹ ਹੈ ਕਿ ਅਸੀਂ ਜੇ ਉਹਨਾਂ ਨੂੰ ਜਿਹੜੀ ਕਮੇਟੀ ਆ ਉਹ ਤਾਂ ਸੀਐਮ ਨੇ ਬਣਾਉਣੀ ਆ। ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਹਰਜ ਨਹੀਂ ਹੈ ਕਿ ਇਹਨੂੰ ਇਹਦੇ ਵਾਸਤੇ ਪੈਸਾ ਵੀ ਦਰਕਾਰ ਨਹੀਂ ਹੈ, ਸਾਡੇ ਕੋਲ ਮਾਡਲ ਪਏ ਨੇ। ਅਸੀਂ ਇਹ ਯੂਨੀਵਰਸਿਟੀ ਵਿੱਚ ਚਲੋ ਪੰਜਾਬੀ ਕਾਨਫਰੰਸ ਕੀਤੀਆਂ ਸੀਗੀਆਂ ਅਤੇ ਮਤਲਬ ਹਿੰਦੁਸਤਾਨ ਦੇ ਸਿੱਖਾਂ ਨੇ ਆਪੇ ਹੀ ਕਰ ਲਈਆਂ ਸਨ ਉਹ। ਇਹ ਜਦੋਂ ਅਸੀਂ ਪ੍ਰੋਗਰਾਮ ਪਲੈਨਿੰਗ ਕਰ ਦੇਵਾਂਗੇ ਉਹਦੀ, ਅਤੇ ਜਿਹੜੇ ਮਹਾਰਾਸ਼ਟਰ ਵਾਲੇ ਸਿੱਖ ਨੇ ਉਹ ਬੰਬੇ ਵਿੱਚ ਆਪੇ ਹੀ ਮਨਾ ਲੈਣਗੇ ਜੀ, ਜਿਹੜੇ ਬੰਗਾਲੀ ਨੇ ਉਹ ਕਲਕੱਤੇ ਵਿੱਚ ਬਹਿ ਕੇ ਆਪੇ ਹੀ ਮਨਾ ਲੈਣਗੇ,
ਜਿਹੜੇ ਮਤਲਬ ਯੂਪੀ ਵਾਲੇ ਨੇ ਯੂਪੀ ਚ ਬੈਠ ਕੇ ਆਪੇ ਬਣਾ ਲਏ ਪ੍ਰੋਗਰਾਮ ਤਾਂ ਹੋਣਾ ਚਾਹੀਦਾ ਜੋ ਇੱਥੇ ਪ੍ਰੋਗਰਾਮ ਹੋਏਗਾ ਤੇ ਉਹ ਪ੍ਰੋਗਰਾਮ ਜਿਹੜਾ ਨਾ ਇਹ ਪ੍ਰੋਗਰਾਮ ਕੋਆਰਡੀਨੇਟਿੰਗ ਜਿਹੜਾ ਹੋਣਾ ਚਾਹੀਦਾ ਜੀ ਨਾ ਦੂਜਿਆਂ ਨੂੰ ਕੋਆਰਡੀਨੇਟ ਕਰਨਾ ਚਾਹੀਦਾ ਮੇਰੇ ਦਰਸ਼ਕੋ ਗੱਲ ਇਹਨਾਂ ਦੀ ਬਿਲਕੁਲ ਠੀਕ ਹੈ ਕਿ ਅਸੀਂ ਥਾਂ ਥਾਂ ਦੁਨੀਆ ਭਰ ਦੇ ਵਿੱਚ ਇਕੱਲੇ ਇੱਥੇ ਨਹੀਂ ਪੰਜਾਬ ਤਾਂ ਹੁਣ ਤੁਹਾਨੂੰ ਪਤਾ ਹੈ ਸਾਰੀ ਦੁਨੀਆ 'ਚ ਫੈਲਿਆ ਹੋਇਆ ਇੱਕ ਬਹੁਤ ਵਾਰ ਗੱਲ ਹੋਈ ਹੈ ਕਿ ਪੰਜਾਬ ਗਲੋਬਲ ਹੋ ਗਿਆ ਕੈਨੇਡਾ ਦੇ ਵਿੱਚ ਦੋ ਤਿੰਨ ਪੰਜਾਬ ਨੇ ਆਸਟ੍ਰੇਲੀਆ ਦੇ ਵਿੱਚ ਪੰਜਾਬ ਨੇ ਇੰਗਲੈਂਡ 'ਚ ਨੇ ਸਾਰੇ ਆਪਦੇ ਇੱਥੇ ਅਮਰੀਕਾ 'ਚ ਬਣਾਉਣਗੇ ਲੇਕਿਨ ਕੋਈ ਇੱਕ ਪ੍ਰੋਗਰਾਮ ਤਾਂ ਹੋਣਾ ਚਾਹੀਦਾ ਜਿਹਦੇ ਬਾਰੇ ਅਸੀਂ ਚਰਚਾ ਕਰਨੀ ਹੈ ਅਤੇ ਨਾਲੇ ਅਸੀਂ ਵੀ ਦੇਖਣਾ ਕਿ ਬੜਿੰਗ ਸਾਹਿਬ ਕੀ ਸੋਚਦੇ ਨੇ ਕਿ ਕਿਸ ਪੱਧਰ 'ਤੇ ਉਹਨਾਂ ਦੀ ਸੋਚ ਹੈ ਕਿ ਉਹ ਐਸ ਜੀ ਪੀ ਸੀ ਵੀ ਰਹੇ ਨੇ ਅੱਜ ਕੱਲ੍ਹ ਲੋਕ ਸਭਾ 'ਚ ਵੀ ਲੱਗੇ ਹੋਏ ਨੇ ਇਹ ਗੱਲ ਕਰਾਂਗੇ ਲੇਕਿਨ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਜਿਵੇਂ ਗੱਲ ਕਰ ਰਿਹਾ ਸੀ ਕਿ ਕੋਈ ਇੱਕ ਪ੍ਰੋਗਰਾਮ ਤਾਂ ਹੋਵੇ ਪਰ ਉਸ ਤੋਂ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਡਾਕਟਰ ਬਲਕਾਰ ਹੋਰਾਂ ਨਾਲ ਕੁਲਵੰਤ ਗਰੇਵਾਲ ਹੋਰਾਂ ਨਾਲ ਅਸੀਂ ਪੁੱਛਾਂਗੇ ਕਿਸ ਤਰ੍ਹਾਂ ਦਾ ਪਰ ਜਿਸ ਤਰ੍ਹਾਂ ਜਿਹੜਾ ਆਮ ਤੌਰ 'ਤੇ ਕਿਹਾ ਜਾਂਦਾ ਕਿ ਇਹ ਜਿਹੜੀਆਂ ਵੀ ਮੀਟਿੰਗ ਹੁੰਦੀਆਂ ਨੇ ਆਪਣੇ ਆਪ 'ਚ ਹੀ ਗੱਲਬਾਤ ਜੇ ਕਰਕੇ ਸ਼ਹਿਰਾਂ ਜਾਂ ਵੱਡੇ ਸ਼ਹਿਰਾਂ ਤੱਕ ਜਾਂ ਸਰਕਾਰ ਜਿੱਥੇ ਚਾਹੁੰਦੀ ਹੈ ਯੂਨੀਵਰਸਿਟੀਆਂ ਕਾਲਜਾਂ ਤੱਕ ਹੁੰਦੀਆਂ ਨੇ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਬੜਿੰਗ ਸਾਹਿਬ ਦੱਸਣ ਕਿ ਉਹ ਪਿੰਡ ਨੂੰ ਵੀ ਰੀਪ੍ਰਜੈਂਟ ਕਰਦੇ ਨੇ ਉਹ ਐਸ ਜੀ ਪੀ ਸੀ 'ਚ ਵੀ ਰਹੇ ਨੇ ਉਹ ਸਮਾਜ ਸੇਵੀ ਵੀ ਨੇ ਤੁਸੀਂ ਕੀ ਸਮਝਦੇ ਹੋ ਕਿਵੇਂ ਮਨਾਏ ਜਾਣੇ ਚਾਹੀਦੇ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਪੰਜਾਬ ਸਰਕਾਰ ਵੀ ਬੜੀ ਹਿੰਮਤ ਕਰ ਰਹੀ ਹੈ ਅਤੇ ਐਸ ਜੀ ਪੀ ਸੀ ਪੂਰਾ ਜ਼ੋਰ ਲਾ ਰਹੀ ਹੈ ਕਿ ਸਾਨੂੰ ਮਨਾਉਣਾ ਚਾਹੀਦਾ ਪਰ ਜਿਸ ਤਰੀਕੇ ਨਾਲ ਉਹ ਮਨਾਏ ਰਹੇ ਨੇ ਮੈਂ ਸਮਝਦਾ ਉਹ ਇੱਕ ਸ਼ਹਿਰਾਂ ਤੱਕ ਹੀ ਸੀਮਿਤ ਹੈ ਉਹ ਸਿਰਫ 5% ਲੋਕਾਂ ਤੱਕ ਇਹ ਸੀਮਿਤ ਹੈ ਜਿਹੜੇ ਪੜ੍ਹੇ ਲਿਖੇ ਨੇ ਜਾਂ ਜਿਹੜੇ ਅਖਬਾਰਾਂ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਕਿਵੇਂ ਮਨਾਏ ਜਾਣ ਇਹ ਮਨਾਉਣ ਦੇ ਲਈ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਗੁਰਦੁਆਰੇ 'ਚ ਅਨਾਊਂਸਮੈਂਟ ਕੀਤਾ ਜਾਵੇ ਅਤੇ ਕਮੇਟੀਆਂ ਬਣਾਈਆਂ ਜਾਣ ਕਿ ਸਾਡੇ ਗੁਰੂ ਜੀ ਦਾ ਜਨਮ ਦਿਨ ਆ ਰਿਹਾ ਆਪਾਂ ਇਸ ਜਨਮ ਦਿਨ ਕੌਣ ਕਰੇ ਸਰਕਾਰ ਕਰੇ ਸਰਕਾਰ ਕਰ ਸਕਦੀ ਹੈ ਸਰਕਾਰ ਵੀ ਕਰਨੀ ਐਸ ਜੀ ਪੀ ਸੀ ਕਰੇ ਤੁਹਾਡੇ ਖਿਆਲ 'ਚ ਐਸ ਜੀ ਪੀ ਸੀ ਨੂੰ ਕਰਨਾ ਚਾਹੀਦਾ ਕਿ ਸਰਕਾਰ ਨੂੰ ਐਸ ਜੀ ਪੀ ਸੀ ਨੂੰ ਕਰਨਾ ਚਾਹੀਦਾ ਸਰਕਾਰ ਨੂੰ ਨਹੀਂ ਸਰਕਾਰ ਦੇ ਕੰਮ ਤਾਂ ਹੋਰ ਸੇਵਾ ਦੇ ਬਥੇਰੇ ਨੇ ਸਰਕਾਰ ਦਾ ਤਾਂ ਅਸੀਂ ਧੰਨਵਾਦੀ ਹਾਂ ਜਿਹੜੇ ਕਿ ਸਾਡੇ ਨਾਲ ਸਹਿਯੋਗ ਦੇ ਰਹੀ ਹੈ ਸਰਕਾਰ ਜੀ ਡਾਕਟਰ ਸਾਹਿਬ ਪ੍ਰੋਫੈਸਰ ਗਰੇਵਾਲ ਜਿਵੇਂ ਇਹਨਾਂ ਨੇ ਕਿਹਾ ਕਿ ਪਿੰਡਾਂ 'ਚ ਜਾ ਕੇ ਜਿਹੜੀ ਗੱਲ ਕੀਤੀ ਜਾਵੇ ਜਾਂ ਮਤਲਬ ਸਰਕਾਰ ਨਹੀਂ ਐਸ ਜੀ ਪੀ ਸੀ ਬਣਾਵੇ ਸਿੱਧੂ ਸਾਹਿਬ ਤੁਸੀਂ ਜੋ ਮੀਟਿੰਗ ਕਰ ਰਹੇ ਹੋ ਉਹ ਠੀਕ ਹੈ ਤੁਹਾਨੂੰ ਮੁਬਾਰਕ ਪਰ ਅਸੀਂ ਇਹ ਸੋਚਦੇ ਹਾਂ ਕਿ ਇਸ ਤਰੀਕੇ ਨਾਲ ਵੀ ਮਨਾਇਆ ਜਾ ਸਕਦਾ ਉਹ ਤਰੀਕਾ ਕੀ ਤਰੀਕਾ ਇਹ ਹੈ ਜੀ ਕਿ ਮੇਰੀ ਕੌਮ 'ਚੋਂ ਅਸਥੈਟਿਕਸ ਸੋਚ ਔਰ ਮੁਹੱਬਤ ਔਰ ਧਰਮ ਇਹ ਤਿੰਨੇ ਚੀਜ਼ਾਂ ਮੁੱਕ ਰਹੀਆਂ ਨੇ ਜੀ ਸਾਨੂੰ ਲੋੜ ਹੈ ਕਿ ਅਸੀਂ ਸਕੂਲਾਂ ਨੂੰ ਕਾਲਜਾਂ ਨੂੰ ਔਰ ਪਿੰਡਾਂ ਨੂੰ ਇਸ ਤਰਾਤਲ ਦੇ ਉੱਤੇ ਜੋੜੀਏ ਕਿ ਸੰਗੀਤ ਯਾਨੀ ਕੀਰਤਨ ਦੇ ਰੂਪ 'ਚ ਉੱਥੇ ਜਾਵੇ ਪੇਂਟਿੰਗਸ ਜਿਹੜੀਆਂ ਇੰਨੀਆਂ ਪੱਧੀਆਂ ਸਾਡੇ ਗੁਰੂਆਂ ਦੀਆਂ ਸੱਚੇ ਪਾਤਸ਼ਾਹ ਦੀਆਂ ਅਸੀਂ ਜਿਹੜੀਆਂ ਦੇ ਰਹੇ ਹਾਂ ਆਪਣੀ ਕੌਮ ਦਾ ਜਨਾਜ਼ਾ ਕੱਢ ਰਹੇ ਹਾਂ ਪੇਂਟਿੰਗਸ ਪੇਂਟਰਸ ਨੂੰ ਜੋੜੋ ਯੰਗ ਪੇਂਟਰਸ ਜਿਹੜੇ ਨੇ ਸਕੂਲਾਂ ਦੇ ਵਿੱਚ ਬੈਠੇ ਨੇ ਕਾਲਜਾਂ ਦੇ ਵਿੱਚ ਬੈਠੇ ਨੇ ਕੋਈ ਇੱਕ ਥਾਂ 'ਤੇ ਇੱਕੋ ਹੀ ਕਿਉਂ ਨਹੀਂ ਬਣਾ ਲੈਂਦੇ ਜਿਵੇਂ ਸੋਭਾ ਸਿੰਘ ਵਾਲੀ ਨਹੀਂ ਜੀ ਨਾ ਐਂ ਨਹੀਂ ਬਣਦਾ ਹੁੰਦਾ ਇਹ ਕਦੇ ਵੀ ਨਹੀਂ ਬਣਿਆ ਕਿਉਂਕਿ ਜਦੋਂ ਜਿਉਂ ਜਿਉਂ ਕੌਮਾਂ ਵੱਡੀਆਂ ਹੁੰਦੀਆਂ ਨੇ ਤਿਉਂ ਤਿਉਂ ਉਹਨਾਂ ਦਾ ਵਿਜ਼ਨ ਵੀ ਬਦਲਦਾ ਉਹਨਾਂ ਦੀ ਤਾਕਤ ਵੀ ਬਦਲਦੀ ਹੈ ਜਿਵੇਂ ਭਾਈ ਗੁਰਦਾਸ ਨੇ ਉਹਨਾਂ ਨੂੰ ਰੋਸ਼ਨੀ ਦੇ ਰੂਪ 'ਚ ਕਨਸੀਵ ਕੀਤਾ ਇਕਬਾਲ ਨੇ ਉਹਨਾਂ ਨੂੰ ਸਦਾ ਦੇ ਰੂਪ 'ਚ ਵਿੱਚ ਕਨਸੀਵ ਕੀਤਾ ਔਰ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਆਪਣੀ ਕੌਮ ਨੂੰ ਉਹਦਾ ਐਸਥੈਟਿਕ ਇਮੇਜ ਉਹਦਾ ਬੌਧਿਕ ਇਮੇਜ ਉਹਦੀ ਸਿਆਣਪ ਜਿਹੜੀ ਹੈ ਉਹਦੇ ਵੱਲ ਰੁਚੀਕਰ ਹੈ ਉਸ ਨੂੰ ਮੰਨੂਗੀ ਹੋਰ ਤੀਜੀ ਹੁਣ ਜਿਵੇਂ ਯਿਸੂ ਮਸੀਹ ਦੀ ਸਾਰੀ ਦੁਨੀਆ 'ਚ ਇੱਕੋ ਤਸਵੀਰ ਉਹਨਾਂ ਨੇ ਰਿਕੋਗਨਾਈਜ਼ ਕਰੀ ਵੀ ਇਹ ਹੈ ਨਹੀਂ ਜੀ ਅਸੀਂ ਅਲੱਗ ਅਲੱਗ ਕਿਉਂ ਨਹੀਂ ਜਿਹੜੀਆਂ ਜੀਸਸ ਦੀਆਂ ਤਸਵੀਰਾਂ ਨੇ ਉਹ ਸਿਰਫ ਇੱਕੋ ਹੀ ਨਹੀਂ ਅਨੇਕਾਂ ਤਸਵੀਰਾਂ ਨੇ ਜੇ ਆਪਾਂ ਨਵੇਂ ਇਤਿਹਾਸ 'ਚ ਨਾ ਜਾਈਏ ਜੀ ਚਲੋ ਪਰ ਪੇਂਟਿੰਗ ਦੇ ਵਿੱਚੋਂ ਜਿਹੜੀ ਸੋਫਟਨੈਸ ਹੈ ਉਹ ਮੁੱਕ ਰਹੀ ਹੈ ਜੀ ਬਾਬਿਆਂ ਦੀਆਂ ਦਾੜੀਆਂ ਕਿਸ ਤਰ੍ਹਾਂ ਦੀਆਂ ਬਣਾਈਆਂ ਹੋਈਆਂ ਨੇ ਦਸਵੇਂ ਪਾਤਸ਼ਾਹ ਹਜ਼ੂਰ ਦੀ ਜਿਹੜੀ ਯਾਨੀ ਦੇਵਤ ਵੀ ਉਹਦੇ 'ਚੋਂ ਯਾਨੀ ਧਰਮ ਹੀ ਉਹਦੇ ਵਿੱਚੋਂ ਖਤਮ ਕਰਤਾ ਤੁਸੀਂ ਯਾਨੀ ਇਸ ਰੂਪ ਸਾਨੂੰ ਬਦਲਣ ਦੀ ਲੋੜ ਹੈ ਨੰਬਰ ਇੱਕ ਨੰਬਰ ਦੋ ਸਾਨੂੰ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਮਾਡਲਿੰਗ ਤਾਂ ਲੈਣੀ ਪਏਗੀ ਨਾ ਆਪਾਂ ਨੂੰ ਜਿਵੇਂ ਨਿਤੀਸ਼ ਕੁਮਾਰ ਤੋਂ ਮੈਂ ਇੱਥੇ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ
ਕਿ ਜਿਸ ਤਰ੍ਹਾਂ ਉਸ ਬੰਦੇ ਨੇ ਸੈਲੀਬ੍ਰੇਟ ਕੀਤਾ ਉਹ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਨਹੀਂ ਬਲਕਿ ਇੰਟਰਨੈਸ਼ਨਲੀ ਉਸਦੀ ਐਕਸੈਪਟੈਂਸ ਹੋਈ ਹੈ ਜੀ। ਉਹ ਮਾਡਲਿੰਗ ਜਿਹੜੀ ਆ, ਮੈਂ ਨਹੀਂ ਕਹਿੰਦਾ ਕਿ ਉਸ ਅਸੀਂ ਅਡੋਪਟ ਕਰ ਸਕਦੇ ਹਾਂ, ਕਰ ਹੀ ਨਹੀਂ ਸਕਦੇ, ਜਿਸ ਲੈਵਲ 'ਤੇ ਉਸ ਬੰਦੇ ਨੇ ਉੱਥੇ ਆਪਣੇ ਆਪ ਕੀਤਾ। ਮੈਂ ਸਮਝਦਾ ਵੀ ਕੋਈ ਚਾਓ ਮੇਰੀ ਕੌਮ 'ਚ ਇਸ ਕਿਸਮ ਦਾ ਉੱਠਣਾ ਚਾਹੀਦਾ ਜਿਸ ਤਰ੍ਹਾਂ ਬਿਹਾਰ ਵਾਲਿਆਂ ਨੇ ਕੀਤਾ ਸੀ। ਬਿਲਕੁਲ, ਜਿਹੜੀ ਇਹ ਚਾਓ ਦੀ ਗੱਲ ਕਰ ਰਹੇ ਨੇ ਜਾਂ ਕਿਉਂ ਪਹਿਲੀ ਤਾਂ ਗੱਲ ਜਿਵੇਂ ਨਤੀਸ਼ ਨੇ ਕੀਤਾ ਸੀ ਕਿਉਂ ਨਹੀਂ ਕਰ ਸਕਦੇ, ਕੈਪਟਨ ਕਿਉਂ ਨਹੀਂ ਕਰ ਸਕਦੇ, ਨੰਬਰ 2 ਚਾਓ ਕਿਉਂ ਨਹੀਂ ਉੱਠਦਾ? ਡਾਕਟਰ ਪ੍ਰਕਾਸ਼ ਸਿੰਘ ਕੀ? ਮੈਂ ਸਮਝਦਾ ਹਾਂ ਕਿ ਜਦੋਂ ਇਹ ਸੋਚਦੇ ਹਾਂ ਅਸੀਂ, ਮੈਨੂੰ ਥੋੜ੍ਹਾ ਜਿਹਾ ਇਸ ਗੱਲ 'ਤੇ ਇਤਰਾਜ਼ ਹੈ ਕਿ ਜਦੋਂ ਅਸੀਂ ਰੈਪੀਟੇਸ਼ਨ 'ਚ ਪੈਂਦੇ ਹਾਂ, ਜੋ ਅਸੀਂ ਪਿਛਲੇ ਸਾਲ ਕੀਤਾ ਸੀ, 10 ਸਾਲ ਪਹਿਲਾਂ ਕੀਤਾ ਸੀ, ਉਹ ਅੱਜ ਕਰਦੇ ਹਾਂ, ਅਸੀਂ ਕੋਈ ਆਪਣਾ ਆਈਡੀਆ ਵਰਤਮਾਨ ਵਿੱਚ ਸਥਾਪਿਤ ਨਹੀਂ ਕਰ ਰਹੇ ਜੀ। ਅਸੀਂ ਸਥਾਨਕਤਾ ਦੇ ਸ਼ਿਕਾਰ ਹਾਂ ਜਾਂ ਮਤਲਬ ਜੋ ਸਥਾਨਕਤਾ ਦੀ ਪੋਲੀਟਿਕਸ ਦੇ ਸ਼ਿਕਾਰ ਹਾਂ, ਉਸ ਕਰਕੇ ਹੋ ਰਿਹਾ। ਇੱਕ ਵਿਸ਼ਵਾਸੀ ਵਾਂਗ ਮਨਾਉਣਾ ਹੋਰ ਗੱਲ ਹੈ, ਇੱਕ ਵਾਰਸ ਵਾਂਗ ਮਨਾਉਣਾ ਹੋਰ ਗੱਲ ਹੈ। ਜਿਹੜਾ ਪਟਨਾ ਸਾਹਿਬ ਬਣਾਇਆ ਗਿਆ ਉਹ ਵਿਸ਼ਵਾਸੀਆਂ ਦਾ ਇੱਕ ਹੜ ਸੀਗਾ, ਔਰ ਉਹਨੇ ਆਪਣੀ ਦੁਨੀਆਂ 'ਚ ਦੱਸਤਾ ਕਿ ਜਿਹੜੇ ਨਾਨਕ ਰਾਮਦੇਵਾ ਵਿਸ਼ਵਾਸੀ ਨੇ ਉਹਨਾਂ ਦੀ ਅਸੈਪਟੈਂਸ ਅਤੇ ਇੰਨੀ ਗਲੋ ਜਿਹੜਾ ਕਿੰਨਾ ਵੱਡਾ ਹੈ, ਇਹ ਆ ਗਿਆ ਸਾਹਮਣੇ। ਹੁਣ ਇੱਕ ਵਾਰਸ ਮਨਾਉਣਾ ਪੰਜਾਬ ਨੇ, ਇਸ ਪੰਜਾਬ ਤਾਂ ਹੀ ਮੈਂ ਕਹਿ ਰਿਹਾ ਬਹੁਤ ਅੱਛਾ ਕਿ ਇੱਥੇ ਵਾਰਸ ਮਨਾਉਣਗੇ ਜਦੋਂ ਉਦੋਂ SCPC ਹਾਂਜੀ ਜਿਵੇਂ ਗਰੇਵਾਲ ਸਾਹਿਬ ਦਾ ਪੁਆਇੰਟ ਹੈ ਕਿ ਵਾਰਸਾਂ ਦੇ ਵਿੱਚ ਚਾਓ ਕਿਉਂ ਨਹੀਂ ਨਹੀਂ ਚਾਓ ਚਾਓ ਹੈ ਪਰ ਚਾਓ ਜਿਹੜਾ ਉਹ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿ ਉਹ ਮਤਲਬ ਇੱਕ ਜ਼ਿੰਮੇਵਾਰੀ ਵਾਂਗੂ ਨਹੀਂ ਲੈ ਰਿਹਾ ਇਹਨੂੰ, ਇੱਕ ਇਸ ਤਰ੍ਹਾਂ ਲੈ ਰਹੇ ਨੇ ਵੀ ਇਹ ਅਸੀਂ ਕਰਨਾ ਹੀ ਹੈ ਰਿਵਾਜ ਫੈਸ਼ਨ ਉਹਨੇ ਵਾਂਗੂ ਲੈ ਰਹੇ ਨੇ। ਇਹੀ ਤਾਂ ਪ੍ਰੋਬਲਮ ਮਤਲਬ ਦੇਖੋ ਕੈਪਟਨ ਸਾਹਿਬ ਨੇ ਇਹ ਆਪਣੀ ਇੱਛਾ ਜ਼ਾਹਰ ਕਰਤੀ ਪਰ ਕਲਚਰਲ ਮਿਨਿਸਟਰ ਸਿੱਧੂ ਸਾਹਿਬ ਕੋਲ ਉਹ ਮਾਮਲਾ ਚਲਾ ਗਿਆ। ਹੁਣ ਇਹ ਹੈ ਵੀ ਉਹਦੇ 'ਚੋਂ ਮਤਲਬ ਜਦੋਂ ਸਿੱਧੂ ਸਾਹਿਬ ਕੋਲ ਚਲਾ ਗਿਆ ਤੇ ਸਾਨੂੰ ਲੱਗਿਆ ਵੀ ਕੈਪਟਨ ਸਾਹਿਬ ਹੈ ਨਹੀਂ ਗੇ ਉੱਥੇ, ਜਦੋਂ ਕੈਪਟਨ ਸਾਹਿਬ ਹੈ ਨਹੀਂ ਗੇ ਨਾ ਨਜ਼ਰ ਆਉਣਗੇ ਤੇ ਫਿਰ ਮਤਲਬ ਸਿੱਧੂ ਸਾਹਿਬ ਵਾਲੀ ਗੱਲ ਜਿਹੜੀ ਆ ਉਹ ਆਪਣੇ ਆਪ 'ਚ ਮਤਲਬ ਅੱਧੀ ਰਹਿ ਜੂਗੀ। ਹੁਣ ਸਵਾਲ ਇਹ ਹੈ ਕਿ ਮੈਂ ਵਾਰ ਵਾਰ ਕਹਿ ਰਿਹਾ ਜੇ ਜਿਹੜੀ ਮਤਲਬ ਇਹਦੀ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਇਹਦੇ ਬਾਰੇ ਸੋਚੇ ਲਗਾਤਾਰ, ਇਹ ਸਾਡੇ ਕੋਲ ਸਾਲ ਪਿਆ ਹੈ ਔਰ ਸਾਲ ਵਿੱਚ ਅਸੀਂ ਮਤਲਬ ਉਹਨਾਂ ਨੂੰ ਪ੍ਰੋਗਰਾਮ ਜੇ ਦੇਣਾ ਹੈ ਤਾਂ ਕਮੇਟੀ ਨੂੰ ਬਹੁਤ ਧਿਆਨ ਨਾਲ, ਅਸੀਂ ਰਹਿਤ ਬਲਾਦਾ ਬਣਾਈ ਸਾਨੂੰ 30 ਸਾਲ ਲੱਗ ਗਏ ਜੀ ਇਹ ਪ੍ਰੋਗਰਾਮ ਨੂੰ ਓਵਰਰਾਈਡ ਹੀ ਬਣਨਾ। ਜੇ ਅਸੀਂ ਇਹ ਬਣਾਉਣਾ ਹੈ ਜੀ ਤੇ ਉਹਦੇ ਵਿੱਚ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ ਇੱਕ ਉਹਨਾਂ ਦੀ ਮਤਲਬ ਸਾਂਝੀ ਸਮਝ ਦੇ ਮੁਤਾਬਕ ਜਾਂ ਮਤਲਬ ਜਿੱਥੇ ਸਹਿਮਤੀ ਹੁੰਦੀ ਆ ਉਹ ਬੰਦੇ ਲੈਣ ਵਿੱਚ, ਤਾਂ ਕਿ ਉਹ 'ਚ ਸਿਆਸਤ ਦਾ ਨਾ ਆਵੇ ਨਿਰਾ ਜਾਂ ਕਰਕੇ ਸਿਆਸਤ ਦਲ ਨਾਲ ਝੁਕ ਸਿਆਣਾ ਬੰਦਾ ਆ ਜਾਏ, ਪਰ ਇਹ ਨਾ ਵੀ ਉਹ ਗੱਲ ਉਹ ਕਰਨ ਜਿਹੜੇ ਗੱਲ ਦੱਸ ਸਕਦੇ ਨੇ। ਮਤਲਬ ਮੈਂ ਹੁਣ ਉੱਥੇ ਮੈਂ ਮੇਰਾ ਇਹ ਫੀਲਡ ਹੈ, ਮੈਂ ਪੜ੍ਹਿਆ ਹੋਇਆ, ਮੈਂ ਆਪਣੇ ਪੜ੍ਹੇ ਹੋਏ ਨੂੰ ਰਿਪੀਟ ਕਰੀ ਜਾਊਂਗਾ ਤਾਂ ਮੈਂ 2 ਘੰਟੇ ਬੋਲੀ ਜਾਊਂਗਾ, ਪਰ ਮੇਰੇ ਕੋਲ ਇਹ ਮੈਂ ਪ੍ਰੋਗਰਾਮ ਦੀ ਗੱਲ ਜਦੋਂ ਕਰਨਾ ਤੇ ਮੈਂ ਇਹ ਗੱਲ ਕਹਿਣਾ ਕਿ ਅਸੀਂ ਬਿਨਾਂ ਪ੍ਰੋਗਰਾਮ ਤੋਂ ਤੁਰਨ ਲੱਗੇ ਹਾਂ ਜੀ ਤੇ ਅਸੀਂ ਕੰਧ 'ਚ ਟੱਕਰ ਮਾਰਨ ਲੱਗੇ ਹਾਂ, ਸਾਡਾ ਵੇਸਟ ਜਾਏਗਾ। ਬਿਲਕੁਲ ਤੁਹਾਡੀ ਗੱਲ, ਇਹ ਜਿਵੇਂ ਅੱਖਾਂ ਤੇ ਪੱਟੀ ਬਣ ਕੇ ਡਰਾਈਵਿੰਗ ਕੋਈ ਉੱਥੇ ਮੈਨੂੰ ਲੱਗਦਾ ਇਸ ਜੰਗ ਬੰਦਾ ਬੈਠਾ। ਮੈਂ ਜਿਹੜੀ ਗੱਲ ਇਹਨਾਂ ਨੇ ਵੀ ਕਹੀ ਸੀ ਪ੍ਰੀਤਮ ਸਿੰਘ ਹੋਰਾਂ ਨੇ ਕਿ ਜਿਹੜੀ ਪਿੰਡਾਂ ਦੇ ਲੈਵਲ ਤੱਕ ਸੱਚਮੁੱਚ ਹੀ ਬਾਬਾ ਨਾਨਕ ਨੂੰ ਤਾਂ ਯਾਦ ਕਰਦੇ ਆ, ਲੰਗਰ ਵੀ ਲਾਉਣੇ ਆ, ਪਰ ਬਾਬੇ ਦੀਆਂ ਸਿੱਖਿਆਵਾਂ 'ਤੇ ਕਿੰਨੇ ਕੁ ਲੋਕ ਚੱਲਦੇ ਨੇ ਜਾਂ ਕਿੰਨੇ ਕੁ ਪਿੰਡਾਂ ਦੇ ਵਿੱਚ ਗ੍ਰੰਥੀ ਜਾਂ ਹੋਰ ਕੀਰਤਨੀ ਨੇ ਜਿਹੜੇ ਬਹੁਤ ਵਧੀਆ ਜਾਂ ਸਾਡੇ ਇੰਨੇ ਸੰਤ ਨੇ ਜਿਹੜੇ। ਮੈਂ ਦੇਖੋ ਇੱਕ ਮਤਲਬ ਤੁਹਾਨੂੰ ਥੋੜ੍ਹੀ ਆਪਣੀ ਜੀ ਪਿੰਡਾਂ ਵਾਲਾ ਵੀ ਹੁਣ ਇੱਕ ਸਾਨੂੰ ਕਲੀਸ਼ੇ ਜਿਹਾ ਲੱਗਦਾ ਹੈ ਵੀ ਸਾਨੂੰ ਸ਼ਾਇਦ ਇਹ ਗੱਲ ਜਿਹੜੀ ਹੈ ਫੈਸੀਨੇਟਿੰਗ ਹੈ ਅਤੇ ਗੱਲ ਵਿਖ ਜਾਏਗੀ। ਇਹ ਵੀ ਮਤਲਬ ਇਹ ਸਿਆਸਤ ਹੈ, ਪਿੰਡਾਂ ਵਾਲਿਆਂ ਦਾ ਜਿਹੜੇ ਨੇ ਉਹ ਬਿਨਾਂ ਪਾਰਟੀਸਪੇਟ ਕਰੇ ਤੋਂ ਸਿੱਖ ਸਾਡੇ ਨਾਲ ਬਿਹਤਰ ਨੇ ਜੀ ਪਹਿਲਾਂ ਹੀ। ਹੁਣ ਸਵਾਲ ਤਾਂ ਇਹ ਹੈ ਨਾ ਵੀ ਅਸੀਂ ਅਗਲੀ ਕੱਲ੍ਹ ਵਾਲਿਆਂ ਨੂੰ ਕੀ ਦੇਣਾ? ਆਪਾਂ ਆਪਣੇ ਕੋਲ 2 ਮਿੰਟ ਨੇ, 1 ਮਿੰਟ 'ਚ ਅੱਧੇ ਮਿੰਟ 'ਚ ਪਿੰਡ ਵਾਲਾ ਕੀ ਕਹਿੰਦਾ, ਇਹ ਗੱਲ ਸਹੀ ਹੈ ਜੋ ਇਹ ਕਹਿ ਰਹੇ ਨੇ? ਜੋ ਪਿੰਡ ਵਾਲੇ ਨੇ, ਪਿੰਡ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਗੁਰੂ ਇਹ ਮੰਨਦੇ ਨੇ ਕਿ ਵਿਸ਼ਵ ਦਾ ਜੇ ਗੁਰੂ ਹੈ, ਸਭ ਧਰਮਾਂ ਦਾ ਗੁਰੂ ਹੈ ਤਾਂ ਉਹ ਤਾਂ ਸਾਰੇ ਮੰਨਦੇ ਨੇ ਗੁਰੂ ਨਾਨਕ ਦੇਵ ਜੀ, ਉਹ ਤਾਂ ਸਾਰੇ ਪਰ ਉਹਨੂੰ ਦੇ ਮਨਾਉਣ ਦੇ ਵਿੱਚ ਇਹ ਨਾ ਕਹੇ ਸ਼੍ਰੋਮਣੀ ਅਸੀਂ ਮਨਾ ਰਹੇ ਹਾਂ, ਕਾਂਗਰਸ ਕਹੇ ਅਸੀਂ ਮਨਾ ਰਹੇ ਹਾਂ, ਇਹਨੂੰ ਸਿਆਸਤ ਤੋਂ ਉੱਪਰ ਉੱਠ ਕੇ ਜੀ ਨਹੀਂ ਸ਼੍ਰੋਮਣੀ ਕਮੇਟੀ ਸਿਆਸਤ ਨਾਲ ਵਰਤੀ ਜਾ। ਹਾਂਜੀ ਬਟਕ ਸਾਹਿਬ, ਗਰੇਵਾਲ ਸਾਹਿਬ ਕੀ ਕਹਿੰਦੇ ਨੇ? ਬਸ ਰੱਬ ਦੀ ਖਲਕਤ ਬਹੁਤ ਵੱਡੀ ਹੈ ਜੀ, ਅਰਬਾਂ ਖਰਬਾਂ, ਗੁਰੂ ਨਾਨਕ ਇੱਕੋ ਹੀ ਹੈ ਜੀ, ਔਰ ਗੁਰੂ ਨਾਨਕ ਨੂੰ ਜੇ ਤੁਸੀਂ ਸਿਰਫ ਹਿਊਮਨ ਲੈਵਲ 'ਤੇ ਜਿਸ ਤਰ੍ਹਾਂ ਬਿਹੇਵ ਕੀਤਾ ਸਾਡੀ ਹਿਸਟਰੀ ਨੇ, ਸਾਡੇ ਲਿਟਰੇਚਰ ਨੇ, ਉਹ ਸਾਨੂੰ ਬੰਦ ਕਰਨਾ ਪੈਣਾ ਜਾਂ ਉਸ ਦੇ ਬਾਰੇ ਸਾਨੂੰ ਸੋਚਣਾ ਪੈਣਾ ਕਿ ਅਸੀਂ ਇਸ ਦੇ ਬਾਰੇ ਕਿਵੇਂ ਇਹਨੂੰ ਇਹਦੇ ਨਾਲ ਬਿਹੇਵ ਕਿਸ ਤਰ੍ਹਾਂ ਕੀਤਾ। ਸਾਨੂੰ ਉਹਨੂੰ ਉਹਦਾ ਜਿਹੜੇ ਦੇਵਤਵ ਹੈ, ਉਹਦੀ ਜਿਹੜੀ ਦੈਵੀ ਤਾਕਤ ਹੈ, ਜਿਹੜੀ ਉਹਦੀ ਧਾਰਮਿਕਤਾ, ਉਸ ਨੂੰ ਸਥਾਪਿਤ ਕਰਨਾ ਪਏਗਾ ਮੁੜ ਕੇ। ਬਿਲਕੁਲ ਠੀਕ ਹੈ ਪਿਆਰੇ ਦਰਸ਼ਕੋ, ਇਹ ਜਿਹੜਾ ਵਿਸ਼ਾ ਹੈ
ਇਹ ਅਸੀਂ ਲਗਾਤਾਰ, ਕਿਉਂਕਿ ਜਿਸ ਤਰ੍ਹਾਂ ਡਾਕਟਰ ਬਲਕਾਰ ਹੋਰਾਂ ਨੇ ਕਿਹਾ, ਹਾਲੇ ਸਾਡੇ ਕੋਲ ਟਾਈਮ ਹੈ, ਅਸੀਂ ਲਗਾਤਾਰ ਇਸ 'ਤੇ ਚਰਚਾ ਕਰਦੇ ਰਹਾਂਗੇ, ਹੋਰ ਵੀ ਵਿਦਵਾਨਾਂ ਨੂੰ ਬੁਲਾਵਾਂਗੇ ਤਾਂ ਕਿ ਅਸੀਂ ਆਪਣੇ ਪੱਧਰ 'ਤੇ, ਕਿਉਂਕਿ ਇੱਕ ਤਾਂ ਗੱਲ ਜਿਵੇਂ ਕੁਲਵੰਤ ਗਰੇਵਾਲ ਹੋਰਾਂ ਨੇ ਸ਼ੁਰੂ 'ਚ ਕਿਹਾ ਸੀ ਕਿ ਇਸ ਜਿਹੜੀ ਸੈਲੀਬ੍ਰੇਸ਼ਨ ਦਾ ਸਰਕਾਰ ਨੇ ਜਿਹੜਾ ਸਲੋਗਨ ਦਿੱਤਾ, ਉਹ ਦਿੱਤਾ ਹੀ ਉਹੀ ਸਲੋਗਨ ਹੈ ਜੋ ਇਸ ਚੈਨਲ ਦਾ ਸਲੋਗਨ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੋ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਹੈ ਇਹ ਚੈਨਲ ਵੱਲੋਂ ਚੜ੍ਹਦੀ ਕਲਾ ਦੀ ਗੱਲ ਲਗਾਤਾਰ ਜਾਰੀ ਰਹੇਗੀ। ਲੇਕਿਨ ਜੋ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਉਹ ਕੋਸ਼ਿਸ਼ ਇਹ ਹੈ ਕਿ ਇਹ ਬਾਬਾ ਨਾਨਕ ਦਾ 550ਵਾਂ ਜਿਹੜਾ ਅਸੀਂ ਜਨਮ ਦਿਹਾੜਾ ਮਨਾਉਣਾ ਹੈ, ਕਿਸ ਤਰ੍ਹਾਂ ਮਨਾਈਏ। ਅੱਜ ਅਸੀਂ ਕੁਛ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ ਅਤੇ ਮੈਨੂੰ ਆਸ ਹੈ ਕਿ ਤੁਸੀਂ ਵੀ ਸਾਨੂੰ ਇਹਦੇ ਵਿੱਚ ਫੀਡਬੈਕ ਦਿਓਗੇ, ਹੁੰਗਾਰਾ ਦਿਓਗੇ, ਅਤੇ ਅਸੀਂ ਫਿਰ ਅਗਲੇ ਪ੍ਰੋਗਰਾਮ 'ਚ ਤੁਹਾਡੇ ਕੋਲ ਕੁਛ ਹੋਰ ਵਿਚਾਰ ਲੈ ਕੇ ਆਵਾਂਗੇ ਤਾਂ ਕਿ ਸਰਕਾਰਾਂ ਨੂੰ ਸਾਡੇ ਲੋਕ ਕੀ ਸੋਚਦੇ ਨੇ ਉਹਨਾਂ ਦੀ ਗੱਲ ਜਾ ਸਕੇ। ਅੱਜ ਤੁਸੀਂ ਸਾਡੇ ਨਾਲ ਚਰਚਾ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰੇ।